ਸਰਕਾਰੀ ਸਕੂਲ ਦੇ ਵਿੱਚ ਬੱਚੇ ਗਰਮੀ ਦੇ ਵਿੱਚ ਕੰਪਿਊਟਰ ਕਲਾਸ ਲਗਾਉਣ ਲਈ ਮਜਬੂਰ। RTV1 ਦੀ ਟੀਮ ਵੱਲੋਂ ਬੇਲਾਂ ਦੇ ਇੱਕ ਸਰਕਾਰੀ ਸਕੂਲ ਦਾ ਦੌਰਾ ਕੀਤਾ ਗਿਆ, ਜਿੱਥੇ ਸਰਕਾਰ ਵੱਲੋਂ ਭਾਵੇਂ ਬੱਚਿਆਂ ਦੀ ਉੱਚ ਸਿੱਖਿਆ ਲਈ ਕੰਪਿਊਟਰ ਕਲਾਸਾਂ ਲਗਾਉਣ ਲਈ ਕਾਫੀ ਕੰਪਿਊਟਰ ਦਿੱਤੇ ਹੋਏ ਹਨ। ਪਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੇ ਰੱਖ ਰਖਾਉ ਲਈ ਇਹਨਾਂ ਦਾ ਲੋੜੀਂਦਾ ਟੈਂਪਰੇਚਰ ਜ਼ਰੂਰੀ ਹੈ। ਪਰ ਜਦੋਂ ਸਾਰੀ ਟੀਮ ਨੇ ਕੰਪਿਊਟਰ ਰੂਮ ਦੇ ਵਿੱਚ ਜਾ ਕੇ ਦੇਖਿਆ ਤਾਂ ਬਹੁਤ ਜ਼ਿਆਦਾ ਗਰਮੀ ਸੀ। ਇਸ ਸੰਬੰਧੀ ਜਦੋਂ ਇੱਥੋਂ ਦੇ ਮੁੱਖ ਪ੍ਰਬੰਧਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਾਨੂੰ ਅੱਜ ਤੱਕ ਸਰਕਾਰ ਨੇ ਅਜਿਹੀ ਗਰਾਂਟ ਮੁਹੱਈਆ ਨਹੀਂ ਕਰਵਾਈ ਗਈ ਜਿਸ ਨਾਲ ਅਸੀਂ ਕੰਪਿਊਟਰ ਰੂਮ ਦੇ ਵਿੱਚ AC ਲਗਾ ਸਕੀਏ। ਦੇ ਸਕੂਲ ਹੈ ਜੀ ਇਹ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਹਿਲਾਂ। ਮੈਡਮ ਅੱਜ ਅਸੀਂ ਤੁਹਾਡੇ ਸਕੂਲ ਦੇ ਵਿੱਚ ਆਏ ਸੀਗੇ ਅਤੇ ਅਸੀਂ ਦੇਖਿਆ ਕਮਰਿਆਂ ਦੇ ਵਿੱਚ ਬੱਚੇ ਬੈਠੇ ਸੀਗੇ ਅਤੇ ਬੜੀ ਗਰਮੀ ਸੀਗੀ, ਉੱਥੇ ਕਿ AC ਵਗੈਰਾ ਤੁਸੀਂ ਲਾਇਆ? ਨਹੀਂ ਜੀ, ਗਵਰਨਮੈਂਟ ਸਕੂਲ ਕਰਕੇ AC ਦੀ ਪਰਮਿਸ਼ਨ ਹੈ। ਜਦਕਿ ਜਿਹੜੇ ਕੰਪਿਊਟਰ ਹੁੰਦੇ ਆ, ਮਸ਼ੀਨਰੀ ਹੈ, ਇਹ ਬਿਨਾਂ ਟੈਂਪਰੇਚਰ ਨਾਲ ਖਰਾਬ ਹੁੰਦੇ ਆ, ਇਹਦੇ ਬਾਰੇ ਨਹੀਂ ਸੋਚਿਆ ਕੁਛ? ਹਾਂਜੀ ਸੋਚਿਆ ਤਾਂ ਹੈ, ਫਿਰ ਗਵਰਨਮੈਂਟ ਸਕੂਲ ਕਰਕੇ ਜੀ ਹਾਂਜੀ ਗ੍ਰਾਂਟ ਇਸ਼ੂ ਹੁੰਦੀ ਹੈ ਤਾਂ ਅਸੀਂ ਕੁਛ ਐਫਰਟਸ ਕਰ ਸਕਦੇ ਹਾਂ। ਤੇ ਤੁਸੀਂ ਹੋਰ ਕੋਈ ਕਮੀਆਂ ਤੁਹਾਡੇ ਸਕੂਲ 'ਚ ਹੈ ਕੋਈ ਗੱਲ? ਜਿਹੜੀ ਗਰਾਊਂਡ ਨੀਵੇਂ ਕਰਕੇ ਪਾਣੀ ਬਹੁਤ ਖੜਕਾ, ਥੋੜ੍ਹੀ ਜਿਹੀ ਬਰਸਾਤ ਨਾਲ ਹੀ ਬਹੁਤ ਜ਼ਿਆਦਾ ਗੜ ਜਾਂਦਾ ਹੈ। ਜੀ ਜੀ ਜੀ, ਇਹਦਾ ਹੱਲ ਕੀ ਹੈ ਵੈਸੇ, ਤੁਸੀਂ ਆਪੇ ਸੁਝਾਅ ਦੇ ਸਕਦੇ? ਇਹਦੇ ਕੋਈ ਡਰੇਨ ਵਗੈਰਾ 'ਚ ਪਾਣੀ ਪੈ ਜਾਵੇ, ਇਹ 'ਚ ਡਰੇਨ ਕੱਢ ਕੇ ਪਾਣੀ ਦਾ ਨਿਕਾਸ ਕੀਤਾ ਜਾਵੇ ਬਾਹਰ ਵੱਲ। ਕਿ ਹੁਣ ਤੱਕ ਤੁਸੀਂ ਤੁਹਾਡੇ ਇਲਾਕੇ ਦੇ ਬੜੇ ਮਸ਼ਹੂਰ MP ਹੈ ਤਿਵਾੜੀ ਸਾਹਿਬ, ਮੰਗ ਨਹੀਂ ਕਰੀ ਕਦੇ ਜਾਂ ਮੰਤਰੀ ਵੀ ਹੈਗੇ ਤੁਹਾਡੇ ਇਲਾਕੇ ਦੇ ਵਿੱਚ? ਹਾਂਜੀ ਅਸੀਂ ਕਿਹਾ ਤਾਂ ਹੈ, ਐਪਲੀਕੇਸ਼ਨ ਵੀ ਦਿੱਤੀ ਸੀ ਜੀ ਵਿਭਾਗ ਨੂੰ, ਫਿਰ ਕੋਈ ਅਜੇ ਤੱਕ ਰਿਸਪੋਂਸ ਆਇਆ ਨਹੀਂ।